ਅੰਨੀ ਦੇ ਬੱਚਿਆ ਵਾਲ ਕਿਉਂ ਨਹੀਂ ਕਟਾਉਂਦਾ ਹੈ? ਹੈ ਉਹ ਤੇਰੇ ਮੱਲੇ ਚ ਨਾ ਹੀ ਨਹੀਂ ਹੈਗਾ ਹੈ? ਇਹਨੇ ਇਹਨੇ ਲੰਮੇ ਕਿਉਂ ਰੱਖੇ ਹੈ? ਸਾਡੇ ਐਡੇ ਐਡੇ ਤੇਰੇ ਐਡੇ ਐਡੇ ਹੈ, ਤੈਨੂੰ ਹਯਾ ਨਹੀਂ ਆਇਆ? ਇੱਧਰ ਵੇਖ ਇਹਦਾ ਕੀ ਅਸ਼ਰ ਹੋਇਆ ਪਿਆ ਹੈ? ਕੱਲ ਸਵੇਰ ਤੁਹਾਨੂੰ 5 ਵਜੇ ਫਾਂਸੀ ਦੀ ਜਾਏਗੀ, ਤੁਹਾਡੀ ਆਖਰੀ ਇੱਛਾ ਕੀ ਹੈ? ਹੱਸ ਕਿਉਂ ਰਹਾ ਰਹੇ ਪਾਗਲ? ਕਿਉਂਕਿ ਮੈਂ ਉੱਠਤਾ ਹੀ 9 ਵਜੇ ਹੂੰ। ਬੇਟਾ ਐਪਲ ਖਾਓਗੇ? ਨਹੀਂ ਮੰਮੀ। ਬੇਟਾ ਆਮ ਖਾਓਗੇ? ਨਹੀਂ ਮੰਮੀ। ਬੇਟਾ ਔਰੇਂਜ ਖਾਓਗੇ? ਨਹੀਂ ਮੰਮੀ। ਬੇਟਾ ਅੰਗੂਰ ਖਾਓਗੇ? ਨਹੀਂ ਮੰਮੀ। ਬਿਲਕੁਲ ਬਾਪ ਪਰ ਗਿਆ ਹੈ, ਚੱਪਲ ਹੀ ਖਾਏਗਾ। ਹਮ ਸ਼ਰੀਫ ਕਿਆ ਹੁਆ, ਪੂਰੀ ਦੁਨੀਆ ਹੀ ਬਦਮਾਸ਼ ਬਣ ਗਈ। ਆਪਣਾ ਪੱਪੂ ਪੁੱਤਰ। ਜੀ ਅੱਬਾ ਜੀ। ਓਏ ਕੀ ਬਣਿਆ ਤੇਰੇ ਰਿਜ਼ਲਟ ਦਾ? ਅੱਬਾ ਜੀ ਮੇਰੀ ਟੀਚਰ ਕਹਿ ਰਹੀ ਸੀ ਕਿ ਹਾਲੀ ਇਸ ਕਲਾਸ 'ਚ ਤੈਨੂੰ 1 ਸਾਲ ਹੋਰ ਲੱਗਣਾ ਹੈ। ਸ਼ਾਬਾਸ਼ ਮੇਰਾ ਪੁੱਤਰ, ਓਏ ਇਸ ਕਲਾਸ 'ਚ ਤੈਨੂੰ ਭਾਵੇਂ 10 ਸਾਲ ਲੱਗ ਜਾਣ ਪਰ ਫੇਲ ਨਾ ਹੋਈ ਮੇਰਾ ਪੁੱਤਰ। ਅੰਨੀ ਨੇ ਪੁੱਤਰ ਵਾਲ ਕਿਉਂ ਨਹੀਂ ਕਟਾ ਗਿਆ ਨਾ? ਦੱਸ ਤੁਹਾਡੇ ਮੱਲੇ ਨਹੀਂ ਕੋ ਨਹੀਂ, ਦੱਸ ਨਹੀਂ ਕੋ ਨਹੀਂ ਤੁਹਾਡੇ ਮੱਲੇ 'ਚ? ਉਸਤਾਦ ਵੱਡੇ ਵਾਰ ਤੋਂ ਵੀ ਰੱਖੇ ਹੋਏ ਹਨ ਤੱਕ ਮੈਂ ਕਿੰਨੇ ਨਿੱਕੇ ਨਿੱਕੇ ਵਾਲ ਆਉਂਦੇ ਆਪ ਕਿੰਨੇ ਵੱਡੇ ਵਾਲ ਰੱਖੇ ਮੈਨੂੰ ਹੈਂ 10 ਵਾਲ ਕਟਾ ਗਿਆ ਸੀ ਕਿ ਨਹੀਂ?